ਸਰ ਸ਼ਿਕਾਲ ਜੀ ਮੈਲਾਪ੍ਰਿਤਕਰ ਹਸਰਾਂ ਜਿਲਕਵਿੰਦਰ ਸਿੰਘ ਸੰਧੂ ਦੁਆਰਾ ਲਿਖਿਆ ਗਿਆ ਨਾਵਲ ਪੈਂਟਾਮੁੰਡਾ ਦਾ ਪਾਗ 26 ਮਨ ਲੈ ਕੇ ਆਓ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਪਾਪਾ ਇਸ ਵਾਰ ਬੱਚੀ ਧੜਕਣ ਹੀ ਨਹੀਂ ਆਈ ਸਕੈਨ ਤੋਂ ਪਤਾ ਲੱਗਿਆ ਡਾਕਟਰ ਕਹਿੰਦਾ ਅਬੋਰਸ਼ਨ ਕਰਨੀ ਪੂ ਉਹ ਫੇਰ ਰੋਣ ਲੱਗ ਗਈ ਕੋਈ ਨਹੀਂ ਬੇਟਾ ਤੂੰ ਰੋ ਨਾ ਜੇ ਕਹੇ ਤਾਂ ਮੈਂ ਤੇ ਮੰਮੀ ਆ ਜਾਂਦੇ ਹਾਂ ਮਨਿੰਦਰ ਨੇ ਹੌਸਲਾ ਦਿੰਦੇ ਕਿਹਾ ਨਹੀਂ ਪਾਪਾ ਮੰਮੀ ਨਹੀਂ ਉਹਨਾਂ ਨੂੰ ਸੰਭਾਲਣਾ ਔਖਾ ਹੋ ਜਾਂਦਾ ਤੋ ਉਹਨੂੰ ਮਿਲਣ ਨੂੰ ਤਾਂ ਦਿਲ ਕਰਦਾ ਪਰ ਇਕੱਲੇ ਤੁਸੀਂ ਆ ਨਹੀਂ ਸਕਦੇ ਪਾਪਾ ਪਲੀਜ਼ ਉਧਰ ਵੀ ਪਾਪਾ ਮੰਮੀ ਨਾਲ ਵੀ ਗੱਲ ਨਾ ਕਰਿਓ ਪਲੀਜ਼ ਮਹਿਰੀਨ ਅੱਜੇ ਵੀ ਰੋ ਰਹੀ ਸੀ ਨਹੀਂ ਕਰਦਾ ਬੇਟਾ ਮਨਿੰਦਰ ਵੀ ਇੰਨਾ ਹੀ ਕਹਿ ਸਕਿਆ ਉਹ ਵੀ ਰੋ ਰਿਹਾ ਸੀ ਦੋ ਸਾਲਾਂ ਚ ਇਹ ਦੂਸਰਾ ਅਬੋਰਸ਼ਨ ਸੀ ਇਸ ਲਈ ਉਸ ਨੂੰ ਆਪਣੀ ਬੇਟੀ ਦੀ ਬਹੁਤ ਫਿਕਰ ਸੀ ਮਨਿੰਦਰ ਕਾਫੀ ਉਦਾਸ ਰਹਿੰਦਾ ਸਹਿਜ ਨੂੰ ਯਾਦ ਕਰ ਰੋ ਰੋਕੀ ਆਪਣਾ ਮਨ ਹਲਕਾ ਕਰਦਾ ਪਰ ਹੌਲੀ-ਹੌਲੀ ਜ਼ਿੰਦਗੀ ਫੇਰ ਨਾਰਮਲ ਹੋ ਗਈ ਹਰ ਮੀਤ ਰੂਝ ਵਾਂਗ ਹੀ ਮਹਿਰੀਨ ਨਾਲ ਗੱਲ ਕਰਦੀ ਉਧਰ ਸਰਕਾਰ ਨੇ ਯੂਨੀਵਰਸਿਟੀ ਮੁਖੀ ਨੂੰ 4 ਸਾਲਾਂ ਲਈ ਦੁਬਾਰਾ ਮੁਖੀ ਬਣਾ ਦਿੱਤਾ ਸੀ ਮਨਿੰਦਰ ਦੀ ਰਿਟਾਇਰਮੈਂਟ ਚ 6 ਸਾਲ ਸਨ ਇੱਕ ਉਹ ਮਹਿਰੀਨ ਕਰਕੇ ਪਰੇਸ਼ਾਨ ਰਹਿੰਦਾ ਸੀ ਇਸ ਲਈ ਉਸਨੇ ਆਪਣੇ ਗਰੁੱਪ ਦੇ ਆਪਣੇ ਸਾਥੀਆਂ ਦੀ ਮੀਟਿੰਗ ਸੱਦੀ ਉਹ ਇਸ ਵਾਰ ਯੂਨੀਅਨ ਦੇ ਇਲੈਕਸ਼ਨ ਨਹੀਂ ਸੀ ਲੜਨਾ ਚਾਹੁੰਦਾ ਪਰ ਉਹ ਆਪਣੇ ਸਾਥੀਆਂ ਨੂੰ ਵਿਸ਼ਵਾਸ 'ਚ ਲੈ ਬਿਨਾ ਕੋਈ ਫੈਸਲਾ ਨਹੀਂ ਸੀ ਕਰਨਾ ਚਾਹੁੰਦਾ। ਮੇਰੀ ਰਿਟਾਇਰਮੈਂਟ 'ਚ 6 ਸਾਲ ਰਹਿ ਗਏ। ਮੈਂ ਚਾਹੁੰਦਾ ਹਾਂ ਤੁਸੀਂ ਮੇਰੇ ਹੁੰਦੇ ਨਮਾ ਪ੍ਰਦਾਨ ਚੁੱਲਵ ਤਾਂ ਜੋ ਮੈਂ ਆਪਣੀ ਰਹਿੰਦੇ-ਰਹਿੰਦੇ ਉਸ ਨੂੰ ਪਰਪੱਕ ਕਰ ਸਕਾਂ। ਮਨਿੰਦਰ ਨੇ ਆਪਣੇ ਸਾਥੀਆਂ ਨੂੰ ਕਿਹਾ। ਪ੍ਰਧਾਨ ਜੀ, ਇਹ ਕਿਵੇਂ ਹੋ ਸਕਦਾ? ਇਸ ਮੁਖੀ ਨੇ ਮੁਲਾਜ਼ਮਾ ਨੂੰ ਬਹੁਤ ਤੰਗ ਕਰਨਾ। ਸਿਰਫ ਤੁਸੀਂ ਹੀ ਹੋ ਜੋ ਮੁਲਾਜ਼ਮਾ ਦੀ ਟਾਲ ਬਣ ਕੇ ਬਚਾ ਲੈਂਦੇ ਹੋ। ਤੁਹਾਡੇ ਤੋਂ ਬਿਨਾ ਤਾਂ ਸਾਡੇ ਗਰੁੱਪ ਤੇ ਨਾ ਵਿਰੋਧੀ ਗਰੁੱਪ 'ਚ ਕੋਈ ਫਰਕ ਹੈ ਜੋ ਮੁਲਾਜ਼ਮਾਂ ਨੂੰ ਇਸ ਤਰ੍ਹਾਂ ਦੇ ਕ੍ਰੋਪ ਤੋਂ ਬਚਾ ਸਕੇ ਇੱਕ ਬਹੁਤ ਹੀ ਸੀਨੀਅਰ ਸਾਥੀ ਨੇ ਕਿਹਾ ਮੈਂ ਵੀ ਇਹਨਾਂ ਦੀ ਗੱਲ ਨਾਲ ਸਹਿਮਤ ਹਾਂ ਪ੍ਰਧਾਨ ਜੀ ਤੁਹਾਡੇ ਬਿਨਾ ਹੋਰ ਕੋਈ ਨਹੀਂ ਦੂਜੇ ਸਾਥੀ ਨੇ ਕਿਹਾ ਮੈਂ ਕਿੰਨਾ ਕਚਿਰਾਂ ਜੀ ਅਕਸਰ ਕਦੀ ਤਾਂ ਤੁਹਾਨੂੰ ਇਹ ਸੰਭਾਲਣਾ ਹੀ ਪੈਣਾ ਮਨਿੰਦਰ ਨੇ ਕਿਹਾ ਪ੍ਰਧਾਨ ਜੀ ਇੱਕ ਇਹ ਟਰਮ ਤੇ ਇੱਕ ਹੋਰ ਟਰਮ ਤੁਸੀਂ ਇਲੈਕਸ਼ਨ ਲੜ ਸਕਦੇ ਹੋ ਸੋ ਦੋਨੋਂ ਵਾਰ ਤੁਸੀਂ ਹੀ ਲੜੋ ਬਾਅਦ ਦੀ ਬਾਅਦ ਸੋਚਾਂਗੇ ਇੱਕ ਹੋਰ ਸਾਥੀ ਨੇ ਕਿਹਾ ਅਜੇ ਆਪਣੀ ਇਲੈਕਸ਼ਨ 'ਚ 2 ਮਹੀਨੇ ਹਨ ਆਪਾਂ ਨਵੇਂ ਪ੍ਰਧਾਨ ਨੂੰ ਕਾਇਮ ਕਰ ਲਵਾਂਗੇ ਆਪਾਂ ਨੂੰ ਵੋਟਾਂ ਮੇਰੇ ਕਰਕੇ ਨਹੀਂ ਆਪਣੇ ਕਰਾਈ ਕੰਮਾਂ ਕਰਕੇ ਪੈਣਗੀਆਂ ਆਪਾਂ ਇਲੈਕਸ਼ਨ ਫੇ ਜਿੱਤਾਂਗੇ ਮਨਿੰਦਰ ਨੇ ਉਹਨਾਂ ਨੂੰ ਕਿਹਾ ਬਿਲਕੁਲ ਨਹੀਂ ਵੋਟਾਂ ਪ੍ਰਧਾਨ ਕਰਕੇ ਪੈਣੀਆਂ ਨੇ ਜੀ ਇੱਕ ਹੋਰ ਸਾਥੀ ਨੇ ਕਿਹਾ ਚਲੋ ਆਪਾਂ ਇੱਕ ਕੰਮ ਕਰਦੇ ਹਾਂ ਪੰਜ ਮੈਂਬਰੀ ਕਮੇਟੀ ਬਣਾ ਦਿੰਦੇ ਹਾਂ ਜੋ ਇਹ ਫੈਸਲਾ ਕਰੇ ਵੀ ਪ੍ਰਧਾਨ ਦਾ ਇਲੈਕਸ਼ਨ ਕੌਣ ਲੜੇ ਇੱਕ ਹੋਰ ਸਾਥੀ ਨੇ ਕਿਹਾ ਮਨਿੰਦਰ ਨੇ ਇਸ ਗੱਲ ਲਈ ਸਹਿਮਤੀ ਦੇ ਦਿੱਤੀ ਤੇ ਪੰਜ ਸੀਨੀਅਰ ਮੈਂਬਰਾਂ ਦੀ ਕਮੇਟੀ ਬਣ ਗਈ ਜਿਸ ਨੇ ਹਫਤੇ ਬਾਅਦ ਰਿਪੋਰਟ ਕਰਨੀ ਸੀ ਹਫਤੇ ਬਾਅਦ ਕਮੇਟੀ ਨੇ ਬੜੇ ਸਪਸ਼ਟ ਸ਼ਬਦਾਂ ਚ ਇਹ ਕਿਹਾ ਕਿ ਇਸ ਵਾਰ ਹੀ ਨਹੀਂ ਅਗਲੀ ਵਾਰ ਵੀ ਪ੍ਰਧਾਨ ਦਾ ਇਲੈਕਸ਼ਨ ਮਨਿੰਦਰ ਹੀ ਲੜੇਗਾ ਉਹਨਾਂ ਇੱਕ ਕਦਮ ਹੋਰ ਅੱਗੇ ਜਾ ਕੇ ਗਰੁੱਪ ਦੀ ਵੱਡੀ ਮੀਟਿੰਗ ਸੱਦ ਕੇ ਕਮੇਟੀ ਦੀ ਇਹ ਰਿਪੋਰਟ ਮੁਲਾਜ਼ਮਾਂ ਤੋਂ ਹੱਥ ਖੜੇ ਕਰਵਾ ਕੇ ਪਾਸ ਕਰਵਾ ਲਈ। ਮਨਿੰਦਰ ਕੋਲ ਇਲੈਕਸ਼ਨ ਲੜਨ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਸੀ। ਇਸ ਵਾਰ ਫੇਰ ਮੁਖੀ ਨੇ ਮਨਿੰਦਰ ਨੂੰ ਹਰਾਉਣ ਲਈ ਸਿਰ ਤੋੜ ਜਤਨ ਕੀਤੇ। ਉਸਨੇ ਇਲੈਕਸ਼ਨਾਂ ਦੇ ਦਿਨਾਂ 'ਚ ਮੁਲਾਜ਼ਮਾਂ ਦੇ ਖਿਲਾਫ ਕਈ ਫੈਸਲੇ ਲੈ ਕੇ ਚਿੱਠੀਆਂ ਵੀ ਜਾਰੀ ਕਰ ਦਿੱਤੀਆਂ। ਮੁਖੀ ਸੋਚਦਾ ਸੀ ਇਹਨਾਂ ਚਿੱਠੀਆਂ ਨਾਲ ਮੁਲਾਜ਼ਮਾਂ 'ਚ ਮਨਿੰਦਰ ਪ੍ਰਤੀ ਗੁੱਸਾ ਪੈਦਾ ਹੋਵੇਗਾ। ਪਰ ਹੋਇਆ ਇਸਦੇ ਉਲਟ। ਮੁਲਾਜ਼ਮਾ ਨੇ ਹੋਰ ਵੀ ਵੱਡੀ ਗਿਣਤੀਆਂ ਚ ਬੋਟਾਂ ਪਾਈਆਂ ਕਿਉਂਕਿ ਉਹ ਸਮਝਦੇ ਸਨ ਕਿ ਇਹ ਚਿੱਠੀਆਂ ਜੀ ਕੋਈ ਵਾਪਸ ਕਰਵਾ ਸਕਦਾ ਹੈ ਤਾਂ ਉਹ ਹੈ ਮਨਿੰਦਰ ਇਸ ਲਈ ਪੰਜਵੀਂ ਵਾਰ ਵੀ ਮਨਿੰਦਰ ਤੇ ਉਸਦੀ ਟੀਮ ਵੱਡੇ ਫਰਕ ਨਾਲ ਜਿੱਤ ਗਈ ਮਨਿੰਦਰ ਲਗਾਤਾਰ ਪੰਜਵੀਂ ਵਾਰ ਫਿਰ ਪ੍ਰਧਾਨ ਬਣ ਗਿਆ ਮਨਿੰਦਰ ਦੀ ਪ੍ਰਧਾਨ ਬਣਦੇ ਹੀ ਮੁਖੀ ਨੇ ਬਿਨਾ ਕਹੇ ਸਾਰੀਆਂ ਚਿੱਠੀਆਂ ਵਾਪਸ ਕਰ ਲਈਆਂ ਮਹਰੀਨ ਦੇ ਵਿਆਹ ਨੂੰ ਤੀਸਰਾ ਸਾਲ ਚੱਲ ਰਿਹਾ ਸੀ ਇਧਰ ਹਰਮਿਤ ਬਹੁਤ ਪਰੇਸ਼ਾਨ ਸੀ ਕੇ ਦੁਆਰਾ ਬੱਚੇ ਦੀ ਆਸ ਕਿਉਂ ਨਹੀਂ ਹੋਈ ਉਹ ਰੱਬ ਅੱਗੇ ਆਪਣੀ ਧੀ ਲਈ ਦੁਆਵਾਂ ਮੰਗਦੀ ਪਰ ਉਸ ਨੂੰ ਮਹਿਰੀਨ ਦੇ ਦੂਸਰੇ ਅਵੋਸ਼ਨ ਦਾ ਪਤਾ ਨਹੀਂ ਸੀ ਉਸਨੇ ਹਰ ਵਾਰ ਮਹਿਰੀਨ ਨੂੰ ਇੱਧਰ ਉੱਧਰ ਗੱਲ ਘੁਮਾ ਕੇ ਪੁੱਛਣ ਦੀ ਕੋਸ਼ਿਸ਼ ਕਰਨੀ ਪਰ ਮਹਿਰੀਨ ਇਹ ਗੱਲ ਟਾਲ ਦੇਣੀ ਇੱਕ ਦਿਨ ਫਿਰ ਮਹਿਰੀਨ ਦਾ ਫੋਨ ਆਇਆ ਮਨਿੰਦਰ ਨੂੰ ਯੂਨੀਵਰਸਿਟੀ 'ਚ ਪਾਪਾ ਤੁਸੀਂ ਮੰਮੀ ਨੂੰ ਕੁਝ ਦਿਨਾਂ ਲਈ ਮੇਰੇ ਕੋਲ ਭੇਜ ਸਕਦੇ ਹੋ ਹਾਂ ਕਿਉਂ ਨਹੀਂ ਬੇਟਾ ਪਰ ਸਭ ਠੀਕ ਤਾਂ ਹੈ ਮਨਿੰਦਰ ਨੇ ਪੁੱਛਿਆ ਪਾਪਾ ਤੁਸੀਂ ਗੁਰਕਮਲ ਨਾਲ ਗੱਲ ਕਰੋ ਮਹਿਰੀਨ ਨੇ ਕਿਹਾ ਗੁਰਕਮਲ ਮਹਿਰੀਨ ਦੇ ਹਸਬੰਦ ਦਾ ਨਾਂ ਸੀ ਸੈਸ਼ੀ ਗੱਲ ਪਾਪਾ ਪਾਪਾ ਇਸ ਵਾਰ ਮਹਿਰੀਨ ਨੂੰ ਤੀਸਰੀ ਮਹੀਨੇ ਫੇਰ ਬੈਲਿੰਗ ਸ਼ੁਰੂ ਹੋ ਗਈ ਸੀ ਡਾਕਟਰ ਨੇ ਕੰਪਲੀਟ ਬੈਡ ਰੈਸਟ ਦੱਸਿਆ ਇਸ ਲਈ ਜੇ ਕੁਝ ਸਮੇਲੇ ਮੰਮੀ ਆ ਜਾਂ ਤਾਂ ਸੌਖਾ ਹੋ ਜਾਓ ਗੁਰਕਮਲ ਨੇ ਕਿਹਾ ਜ਼ਰੂਰ ਬੇਟਾ ਮੈਂ ਕੋਸ਼ਿਸ਼ ਕਰਦਾ ਜੀ ਕੱਲ੍ਹ ਦੇ ਹਵਾਈ ਟਿਕਟ ਮਿਲ ਗਏ ਤਾਂ ਕੱਲ ਹੀ ਤੁਹਾਡੇ ਕੋਲ ਪਹੁੰਚ ਜਾਏਗੀ ਤੁਹਾਡੀ ਮੰਮੀ ਮੈਂ ਫੋਨ ਕਰਕੇ ਦੱਸਦਾ ਹਾਂ ਬੇਟਾ ਥੋੜੀ ਦੇਰ ਚ ਮਨਿੰਦਰ ਨੇ ਕਿਹਾ ਜੀ ਪਾਪਾ ਗੁਰਕਮਲ ਨੇ ਕਿਹਾ ਮਨਿੰਦਰ ਤੁਰੰਤ ਘਰ ਆ ਗਿਆ ਉਸਨੇ ਸਾਰੀ ਗੱਲ ਹਰਮਿਤ ਨੂੰ ਦੱਸੀ ਉਹ ਜਾਣ ਲਈ ਤਿਆਰ ਸੀ ਮਨਿੰਦਰ ਨੇ ਉਸੇ ਅਗਲੇ ਦਿਨ ਦੀ ਹਵਾਈ ਟਿਕਟ ਬੁੱਕ ਕਰਵਾ ਕੇ ਗੁਰਕਮਲ ਨੂੰ ਭੇਜ ਦਿੱਤੀ ਇਹ ਹਵਾਈ ਟਿਕਟ ਦਿੱਲੀ ਤੋਂ ਸੀ ਮਨਿੰਦਰ ਨੇ ਬੇਟੇ ਨੂੰ ਫੋਨ ਕਰਕੇ ਦੱਸਿਆ ਵੀ ਮੈਂ ਦਿੱਲੀ ਜਾ ਰਿਹਾ ਹਾਂ ਤੇਰੀ ਮੰਮੀ ਨੂੰ ਜਹਾਜ਼ ਚੜਾਉਣ ਲਈ ਉਹ ਸ਼ਾਮ ਨੂੰ ਹੀ ਦਿੱਲੀ ਲਈ ਕਾਰ ਤੇ ਰਵਾਨਾ ਹੋ ਗਈ ਫਲਾਈਟ ਸਵੇਰ 9 ਵਜੇ ਦੀ ਸੀ 7 ਵਜੇ ਦਿੱਲੀ 에어ਪੋਰਟ ਤੇ ਹਰਮੀਤ ਨੂੰ ਛੱਡ ਕੇ ਮਨਿੰਦਰ ਲੁਧਿਆਣੇ ਲਈ ਰਵਾਨਾ ਹੋ ਗਿਆ ਉਸ ਦੇ ਕਰਨਾਲ ਪਹੁੰਚਣ ਤੋਂ ਪਹਿਲਾਂ ਹੀ ਹਰਮੀਤ ਦਾ ਫੋਨ ਆ ਗਿਆ ਕਿ ਉਹ ਪਹੁੰਚ ਗਈ ਹੈ ਤੇ ਗੁਰਕਮਲ ਉਸ ਨੂੰ ਲੈਣ ਆਇਆ ਇਸ ਵਾਰ ਵੀ ਮਹਿਰੀਨ ਦੀ ਹਾਲਤ ਠੀਕ ਨਹੀਂ ਸੀ ਪਰ ਕੁੱਖ ਚ ਬੱਚਾ ਅਜੇ ਠੀਕ ਸੀ ਵਾਰ-ਵਾਰ ਬਲੀਡਿੰਗ ਹੋਣਾ ਚਿੰਤਾ ਦਾ ਵਿਸ਼ਾ ਸੀ ਬੇਸ਼ੱਕ ਉਹਨਾਂ ਕੋਲ ਸਰਕਾਰੀ ਕੁੱਕਸ ਹਨ ਪਰ ਮਹਿਰੀਨ ਲਈ ਖਾਣਾ ਹਰਮਿਤ ਆਪ ਹੀ ਬਣਾਉਂਦੀ। ਹਰਮਿਤ ਦਿਨ ਚ ਕਈ ਵਾਰ ਮਨਿੰਦਰ ਨੂੰ ਉਸ ਸਹਾਲ ਦੱਸਦੀ ਰਹਿੰਦੀ। ਅਚਾਨਕ ਇੱਕ ਸ਼ਾਮ ਮਹਿਰੀਨ ਦੀ ਹਾਲਤ ਖਰਾਬ ਹੋ ਗਈ। ਉਸ ਨੂੰ ਤੁਰੰਤ ਬេស ਹਸਪੀਟਲ ਲੈ ਕੇ ਜਾਣਾ ਪਿਆ। ਬេស ਹਸਪੀਟਲ ਉਹਨਾਂ ਦੀ ਸ਼ੌਨੀ ਤੋਂ 10 ਕਿਲੋਮੀਟਰ ਦੂਰ ਸੀ। ਮਹਿਰੀਨ بار-बार ਆਪਣੇ ਪਾਪਾ ਨੂੰ ਯਾਦ ਕਰ ਰਹੀ ਸੀ। "ਕਮਲ, ਤੁਸੀਂ ਪਲੀਜ਼ ਮੇਰੇ ਪਾਪਾ ਨੂੰ ਬੁਲਾ ਲਵੋ। ਉਹ ਸਭ ਠੀਕ ਕਰ ਦੇਣਗੇ।" ਮਹਿਨੂ ਪਤਾ ਉਹ ਕੁਝ ਵੀ ਕਰ ਸਕਦੇ ਨੇ ਮਹਿਰিন ਨੇ ਆਪਣੇ ਹਸਬੰਦ ਨੂੰ ਕਿਹਾ ਮਹਿਰিন ਮੰਮੀ ਤਾਂ ਪਹਿਲਾਂ ਹੀ ਆਪਣੇ ਕੋਲ ਨੇ ਪਾਪਾ ਐਨੇ ਦੂਰ ਨੇ ਫਿਰ ਅਰਸ਼ ਵੀ ਇਕੱਲਾ ਕਿਵੇਂ ਰਹੂ ਜੋ ਕਰਨਾ ਡਾਕਟਰਾਂ ਨੇ ਕਰਨਾ ਤੂੰ ਸਮਝ ਉਹ ਪਰੇਸ਼ਾਨ ਹੋਣਗੇ ਗੁਰਕਮਲ ਨੇ ਉਸ ਨੂੰ ਸਮਝਾਇਆ ਨਹੀਂ ਕਮਲ ਪਲੀਜ਼ ਅਰਸ਼ ਵੀ ਨਾਲ ਹੀ ਆ ਜਾਏਗਾ ਤੂੰ ਸੇ ਫੋਨ ਕਰੋ ਮੇਰੇ ਕਹੇਤੀ ਪਲੀਜ਼ ਮਹਿਰিন ਨੇ ਫਿਰ ਕਿਹਾ ਠੀਕ ਆ ਮੈਂ ਮੰਮੀ ਨਾਲ ਗੱਲ ਕਰਦਾ ਤੂੰ ਪਰੇਸ਼ਾਨ ਨਾ ਹੋ ਸਭ ਠੀਕ ਹੋ ਜਾਊ ਉਸਨੇ ਸਮਝਾਇਆ ਮੰਮੀ ਮਹਿਰੀਨ ਪਾਪਾ ਨੂੰ ਬੁਲਾਉਣ ਨੂੰ ਕਹਿ ਰਹੀ ਐ ਗੁਰਕਮਲ ਨੇ ਹਰਮਿਤ ਨੂੰ ਕਿਹਾ ਬੇਟਾ ਮੇਰਾ ਮਨ ਵੀ ਇਹੋ ਸੀ ਪਰ ਮੈਂ ਸੋਚਿਆ ਮੈਂ ਪਹਿਲਾਂ ਹੀ ਬੈਠੀ ਆ ਉਹ ਵੀ ਆਗੇ ਤਾਂ ਤੁਹਾਨੂੰ ਪਰੇਸ਼ਾਨੀ ਹੋ ਹਰਮਿਤ ਨੇ ਵੀ ਆਪਣੇ ਮਨ ਦੀ ਗੱਲ ਦਸ ਦਿੱਤੀ ਓ ਮੰਮੀ ਤੁਸੀਂ ਇਸ ਤਰ੍ਹਾਂ ਕਿਉਂ ਸੋਚਦੇ ਹੋ ਇਹ ਵੀ ਤਾਂ ਤੁਹਾਡੇ ਬੇਟੀ ਦਾ ਘਰ ਹੈ ਮੈਂ ਪਾਪਾ ਨੂੰ ਫੋਨ ਕਰਦਾ ਗੁਰਕਮਲ ਨੇ ਕਿਹਾ ਬੇਟਾ ਉਹਨਾਂ ਨੂੰ ਕਹਿ ਦਿਓ ਕੱਲ ਨੂੰ ਹੀ ਆ ਜਾਣ ਹਰਮਿਤ ਵੀ ਮਹਿਰੀਨ ਦੀ ਹਾਲਤ ਦੇਖ ਟੁੱਟ ਚੁੱਕੀ ਸੀ ਉਸ ਨੂੰ ਇਸ ਵਕਤ ਮਨਿੰਦਰ ਦੀ ਬਹੁਤ ਜ਼ਿਆਦਾ ਰਹੀ ਸੀ ਜ਼ਿੰਦਗੀ 'ਚ ਪਹਿਲੀ ਵਾਰ ਉਹ ਕਿਸੇ ਮੁਸੀਬਤ 'ਚ ਇਕੱਲੀ ਸੀ ਜੈਸੀ ਕਾਲ ਪਾਪਾ ਪਪਾ ਮਹਿਰੀਨ ਨੂੰ ਅਸੀਂ ਬੀਸ ਹਸਪੀਟਲ ਲੈ ਆਏ ਹਾਂ ਉਸਦੀ ਹਾਲਤ ਬਹੁਤ ਜ਼ਿਆਦਾ ਠੀਕ ਨਹੀਂ ਉਹ ਤੁਹਾਨੂੰ ਤੇ ਅਰਸ਼ ਨੂੰ ਯਾਦ ਕਰ ਰਹੀ ਹੈ ਪਪਾ ਤੁਸੀਂ ਕੱਲ ਹੀ ਆ ਜਾਓ ਪਲੀਜ਼ ਗੁਰਕਮਲ ਥੋੜਾ ਭਾਵਕ ਹੋ ਗਿਆ ਸੀ ਬੇਟਾ ਹੌਂਸਲਾ ਰੱਖੋ ਸਭ ਠੀਕ ਹੋ ਜਾਊ ਅਸੀਂ ਕੱਲ ਤੱਕ ਪਹੁੰਚ ਜਾਵਾਂਗੇ ਮੈਂ ਹੁਣੇ ਟਿਕਟ ਬੁੱਕ ਕਰਕੇ ਦਿੱਲੀ ਵੱਲ ਨਿਕਲਦਾ ਮਹਿਰੀਨ ਨੂੰ ਕਹਿਣਾ ਅਸੀਂ ਆ ਰਹੇ ਹਾਂ ਮਨਿੰਦਰ ਨੇ ਹੌਂਸਲਾ ਦਿੱਤਾ ਮਨਿੰਦਰ ਨੇ ਤੁਰੰਤ ਅਗਲੇ ਦਿਨ ਦੀਆਂ ਦੋ ਹਵਾਈ ਟਿਕਟਾਂ ਬੁੱਕ ਕੀਤੀਆਂ ਫਲਾਈਟ ਸਵੇਰੇ 10 ਵਜੇ ਸੀ ਉਸਨੇ ਅਰਸ਼ ਨੂੰ ਫੋਨ ਕੀਤਾ ਜੋ ਜੇ ਘਰੇ ਨਹੀਂ ਸੀ ਆਇਆ ਫਿਰ ਉਸਨੇ ਜਰਨਲ ਸਾਹਿਬ ਨੂੰ ਫੋਨ ਲਾਇਆ ਗੁੱਡ ਈਵਨਿੰਗ ਜਰਨਲ ਸਾਹਿਬ ਗੁੱਡ ਈਵਨਿੰਗ ਪਾਜੀ ਜਰਨਲ ਸਾਹਿਬ ਨੇ ਕਿਹਾ ਮਨਿੰਦਰ ਨੇ ਉਹਨਾਂ ਨੂੰ ਜਾਨਵਾਰੀ ਪੁੱਛਿਆ ਪਾਜੀ ਫਿਰ ਤੁਹਾਨੂੰ ਰਾਤ ਨੂੰ ਨਿਕਲਣਾ ਪੈਣਾ ਕਹੋ ਤਾਂ ਮੈਂ ਕਾਰ ਤੇ ਡਰਾਈਵਰ ਭੇਜ ਦਿੰਦਾ ਹਾਂ ਦਿੱਲੀ ਤੱਕ ਜਰਨਲ ਸਾਹਿਬ ਨੇ ਕਿਹਾ ਨਹੀਂ ਨਹੀਂ ਸਰ ਮੈਂ ਟੈਕਸੀ ਬੁੱਕ ਕਰ ਲਈ ਉਹ ਰਾਤ ਨੂੰ 1 ਵਜੇ ਪਿਕ ਕਰੇਗੀ ਸਾਨੂੰ ਸਵੇਰੇ 7 ਵਜੇ ਪਹੁੰਚ ਆਵਾਂਗੇ 에ਰਪੋਰਟ ਮਨਿੰਦਰ ਨੇ ਦੱਸਿਆ ਅਗਲੇ ਦਿਨ ਮਨਿੰਦਰ ਅਰਸ਼ ਨੂੰ ਲੈ ਕੇ ਦੁਪਹਿਰ ਤੱਕ ਮਹਿਰੀਨ ਕੋਲ ਬੇਸ ਹਸਪੀਟਲ ਪਹੁੰਚ ਗਿਆ Papa ਨੂੰ ਵੇਖ ਕੇ ਮਹਿਰੀਨ ਪਹਿਲਾਂ ਖੁਸ਼ ਹੋਈ ਤੇ ਫਰਸਤੀ ਚੀਕ ਨਿਕਲ ਗਈ ਪਾਪਾ ਪਲੀਜ਼ ਮੇਰੇ ਬੱਚੇ ਨੂੰ ਬਚਾ ਲਓ ਪਾਪਾ ਪਹਿਲੀ ਵਾਰ ਤਾਂ ਬੱਚੇ ਖਤਮ ਹੋਏ ਤਾਂ ਦੱਸਿਆ ਸੀ ਤੁਹਾਨੂੰ ਪਰ ਇਸ ਵਾਰ ਬੱਚਾ ਜੀ ਠੀਕ ਹੈ ਪਾਪਾ ਮੈਨੂੰ ਪਤਾ ਤੁਸੀਂ ਸਭ ਕੁਝ ਕਰ ਸਕਦੇ ਹੋ ਪਾਪਾ ਪਲੀਜ਼ ਮੈਂ ਆਖਰੀ ਵਾਰ ਕੁਝ ਮੰਗ ਰਹੀ ਹਾਂ ਇਸ ਤੋਂ ਬਾਅਦ ਮੈਂ ਕਦੇ ਕੁਝ ਨਹੀਂ ਮੰਗਦੀ ਮਹਿਰੀਨ ਆਪਣੇ ਪਾਪਾ ਦੀ ਅਮੰਤਾਂ ਕਰ ਰਹੀ ਉਸ ਦੀਆਂ ਅੱਖਾਂ ਵਿੱਚੋਂ ਜ਼ਾਰ-ਜ਼ਾਰ ਹੰਝੂ ਵਗ ਰਹੇ ਸੀ ਮਨਿੰਦਰ ਤੋਂ ਆਪਣੀ ਲਾੜਲੀ ਦਾ ਦੁੱਖ ਨਹੀਂ ਦੇਖਿਆ ਜਾ ਰਿਹਾ ਸੀ ਦੂਜਿਆਂ ਨੂੰ ਹੌਸਲਾ ਦੇਣ ਵਾਲਾ ਤੇਜਿਸ ਦੀ ਇੱਕ ਅਧਹਾੜ ਨਾਲ ਅੱਗੇ ਵਾਲਾ ਕੰਬਣ ਲੱਗ ਜਾਂਦਾ ਸੀ ਅੱਜ ਉਹੀ ਮਨਿੰਦਰ ਹਸਪਤਾਲ ਦੇ ਬੈੱਡ ਤੇ ਪਈ ਆਪਣੀ ਧੀ ਦੇ ਨਾਲ ਜਿੰਬੜ ਕੇ ਰੋਣ ਲੱਗ ਗਿਆ ਮੇਰੇ ਬੱਚੇ ਹੌਸਲਾ ਰੱਖ ਸਭ ਠੀਕ ਹੋ ਜਾਏਗਾ ਅਸੀਂ ਸਭ ਤੇਰੇ ਕੋਲ ਹਾਂ ਆਵੇਕ ਸ਼ਰਾਰਤੀ ਵੀ ਆਇਆ ਮੇਰੇ ਨਾਲ ਉਹਨਾਂ ਅਰਸ਼ ਵੱਲ ਇਸ਼ਾਰਾ ਕੀਤਾ ਜਿਸ ਨੇ ਧੱਕੇ ਨਾਲ ਬੋਲਣ ਤੇ ਝੂਠੀ ਸਮਾਈਲ ਲਿਆ ਕੇ ਆਪਣੀ ਭੈਣ ਦੇ ਹੱਥ ਫੜ ਲਈ ਤੇ ਉਸਨੇ ਮਨਿੰਦਰ ਦੇ ਨਾਲ ਹੀ ਉਸ ਨੂੰ ਹੌਸਲਾ ਦਿੱਤਾ ਮਹਿਰੀਨ ਦੀ ਹਾਲਤ ਵਿੱਚ ਕੋਈ ਸੁਧਾਰ ਨਾ ਆਇਆ ਬਲੈਡਿੰਗ ਬੰਦ ਨਹੀਂ ਸੀ ਹੋ ਰਹੀ ਦੋ ਦਿਨਾਂ ਬਾਅਦ ਅਰਸ਼ ਨੂੰ ਮਨਿੰਦਰ ਨੇ ਹਵਾਈ ਟਿਕਟ ਬੁੱਕ ਕਰਵਾ ਕੇ ਵਾਪਸ ਲੁਧਿਆਣੇ ਭੇਜ ਦਿੱਤਾ ਤੀਸਰੇ ਦਿਨ ਮਹਿਰੀਨ ਦੇ ਨਾਲ ਨਾਲ ਬੱਚੇ ਦੀ ਹਾਲਤ ਵੀ ਖਰਾਬ ਹੋ ਗਈ ਉਸ ਦੀ ਧੜਕਨ ਹੌਲੀ-ਹੌਲੀ ਬੰਦ ਹੋ ਰਹੀ ਸੀ ਤੇ ਕੋਈ ਕੁਝ ਨਹੀਂ ਕਰ ਸਕਦਾ ਸੀ ਅਖੀਰ ਡਾਕਟਰ ਨੇ ਇਸ ਵਾਰ ਫੇਰ ਅਵਾਸ਼ਨ ਕਰਨ ਦਾ ਫੈਸਲਾ ਕੀਤਾ ਮਹਿਰੀਨ ਨੂੰ ਅੰਦਰ ਲਿਜਾ ਰਹੀ ਸੀ ਤੇ ਉਹ ਆਪਣੇ ਪਾਪਾ ਦੀਆਂ ਮਿੰਨਤਾਂ ਕਰ ਰਹੀ ਸੀ ਕਿ ਮੇਰੇ ਬੱਚੇ ਨੂੰ ਬਚਾ ਲਵੋ ਪਰ ਮਨਿੰਦਰ ਬੇਵੱਸ ਸੀ ਰੱਬ ਦੀਆਂ ਮਿੰਨਤਾਂ ਕਰਨ ਤੇ ਰੋਣ ਤੋਂ ਸਿਵਾਏ ਉਹ ਹੋਰ ਕੁਝ ਵੀ ਨਹੀਂ ਕਰ ਸਕਦਾ ਸੀ ਰੱਬ ਵੀ ਉਸ ਨੂੰ ਰੁੱਸਿਆ ਲੱਗਦਾ 4 ਘੰਟਿਆਂ ਬਾਅਦ ਮਹਿਰੀਨ ਨੋਹਸ਼ ਆਈ ਪਰ ਹੁਣ ਉਹ ਬਿਲਕੁਲ ਸ਼ਾਂਤ ਸੀ ਉਸ ਨੇ ਮਨਿੰਦਰ ਵੱਲ ਵੇਖਿਆ ਉਸ ਦੀਆਂ ਅੱਖਾਂ 'ਚ ਕਈ ਸਵਾਲ ਸਨ ਜਿਵੇਂ ਉਹ ਕਹਿ ਰਹੀ ਹੋਵੇ ਮੈਨੂੰ ਬਹੁਤ ਭਰੋਸਾ ਸੀ ਪਾਪਾ ਤੁਹਾਡੇ 'ਤੇ ਤੁਸੀਂ ਕੁਝ ਵੀ ਕਰ ਸਕਦੇ ਸੀ ਤੁਸੀਂ ਕਦੇ ਵੀ ਆਪਣੇ ਬੱਚਿਆਂ ਨੂੰ ਨਿਰਾਸ਼ ਨਹੀਂ ਕੀਤਾ ਸੀ ਪਰ ਅੱਜ ਕੀ ਹੋ ਗਿਆ ਪਾਪਾ ਜਿਵੇਂ ਉਹ ਮਨਿੰਦਰ ਨੂੰ ਪੁੱਛ ਰਹੀ ਹੋਵੇ ਮੈਨੂੰ ਮaaf ਕਰ ਦਿਓ ਮੇਰੇ ਬੱਚੇ ਤੁਹਾਡੇ ਪਾਪਾ 'ਚ ਐਨੀ ਹਿੰਮਤ ਨਹੀਂ ਕਿ ਉਹ ਰੱਬ ਨਾਲ ਲੜ ਸਕੇ ਮਨਿੰਦਰ ਨੇ ਵੀ ਉਸਦੇ ਸਵਾਲ ਦਾ ਮਨ ਹੀ ਮਨ ਜਵਾਬ ਦਿੱਤਾ ਅਗਲੇ ਦਿਨ ਉਸ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਮਹਿਰੀਨ ਚਾਹੁੰਦੀ ਸੀ ਕਿ ਮੰਮੀ ਪਾਪਾ ਜਲਦੀ ਵਾਪਸ ਲੁਧਿਆਣੀ ਚਲੇ ਜਾਣ ਪਰ ਮਨਿੰਦਰ ਤੇ ਹਰਮੀ ਚਾਹੁੰਦੇ ਸਨ ਵੀ ਮਹਿਰੀਨ ਕੁਝ ਦਿਨ ਉਹਨਾਂ ਨਾਲ ਲੁਧਿਆਣੀ ਚਲੀ ਜਾਵੇ ਜਨਰਲ ਸਾਹਿਬ ਵੀ ਇਹੋ ਚਾਹੁੰਦੇ ਸਨ ਉਹਨਾਂ ਨੇ ਵੀ ਮਹਿਰੀਨ ਨੂੰ ਫੋਨ ਕੀਤਾ ਬੱਚੇ ਤੁਸੀਂ ਸਾਡੇ ਕੋਲ ਆ ਜਾਓ ਅਸੀਂ ਵੀ ਤੁਹਾਨੂੰ ਮਿਲਣਾ ਚਾਹੁੰਦੇ ਹਾਂ ਤੁਹਾਡੀ ਮੰਮਾ ਪਾਪੀ ਸਭ ਤੁਹਾਨੂੰ ਯਾਦ ਕਰ ਰਹੇ ਨੇ ਜਨਰਲ ਸਾਹਿਬ ਨੇ ਮਹਿਰੀਨ ਨੂੰ ਕਿਹਾ ਪਾਪਾ ਜੇ ਮੈਂ ਆ ਗਈ ਤਾਂ ਗੁਰਕਮਲ ਇਕੱਲੇ ਰਹਿ ਜਾਣਗੇ ਪਾਪਾ ਉਹਨਾਂ ਨੂੰ ਵੀ ਓਨਾ ਹੀ ਦੁੱਖ ਹੈ ਮਹਰੀਨੀ ਜਨਰਲ ਸਾਹਿਬ ਨੂੰ ਕਿਹਾ ਬੇਟਾ ਉਸ ਦੀ ਪਰਵਾਹ ਨਾ ਕਰ ਉਹ ਇੱਕ ਦਲੇਰ ਫੌਜੀ ਅਫਸਰ ਹੈ ਜਨਰਲ ਸਾਹਿਬ ਨੇ ਕਿਹਾ ਪਾਪਾ ਉਹ ਫੌਜੀ ਅਫਸਰ ਜ਼ਰੂਰ ਨਹੀਂ ਪਰ ਉਹਨਾਂ ਦੇ ਅੰਦਰ ਵੀ ਤਾਂ ਇੱਕ ਦਿਲ ਹੈ ਉਹਨਾਂ ਨੇ ਵੀ ਆਪਣਾ ਬੱਚਾ ਖੋਇਆ ਹੈ ਪਾਪਾ ਗੁਰਕਮਲ ਨੂੰ ਮੇਰੀ ਤੇ ਮੈਨੂੰ ਵੀ ਉਸੇ ਸਾਥ ਦੀ ਲੋੜ ਹੈ ਅਸੀਂ ਕੁਝ ਦਿਨ ਇਕੱਲੇ ਰਹਿਣਾ ਚਾਹੁੰਦੇ ਹਾਂ ਪਾਪਾ ਪਲੀਜ਼ ਮਹਿਰੀਨ ਨੇ ਕਿਹਾ ਉਸ ਦੀ ਗੱਲ ਸੁਣ ਕੇ ਮਨਿੰਦਰ ਨੇ ਮਹਿਸੂਸ ਕੀਤਾ ਮੁਸੀਬਤ ਬੰਦੇ ਨੂੰ ਕਿੰਨਾ ਸਿਆਣਾ ਬਣਾ ਦਿੰਦੀ ਹੈ ਉਸ ਨੇ ਪਿਆਰ ਨਾਲ ਮਹਿਰੀਨ ਦੇ ਸਿਰ ਤੇ ਹੱਥ ਰੱਖਿਆ ਮਹਿਰੀਨ ਨੇ ਵੀ ਆਪਣੇ ਪਾਪਾ ਦਾ ਹੱਥ ਫੜ ਲਿਆ ਬੇਟਾ ਅਸੀਂ ਕੱਲ ਸਵੇਰੇ ਜਾ ਰਹੇ ਹਾਂ ਮੈਂ ਟਿਕਟ ਬੁੱਕ ਕਰ ਲੈ ਮਨਿੰਦਰ ਨੇ ਮਹਿਰੀਨ ਤੇ ਗੁਰਕਮਲ ਨੂੰ ਕਿਹਾ ਅਗਲੇ ਦਿਨ ਮਨਿੰਦਰ ਹਰਮਿਤ ਨੂੰ ਲੈ ਕੇ ਵਾਪਸ ਲੁਧਿਆਣੇ ਆ ਗਿਆ ਪਰ ਉਸ ਨੂੰ ਸਮਝ ਆ ਗਈ ਸੀ ਕਿ ਸਾਡਾ ਕੀਤਾ ਪਾਪ ਬੱਚੀ ਦੇ ਸਾਹਮਣੇ ਆ ਰਿਹਾ ਸੀ ਮਹਿਰੀਨ ਦੀ ਜਠਾਣੀ ਨੇ ਵੀ ਕੁਝ ਮਹੀਨਿਆਂ ਬਾਅਦ ਦੂਸਰੇ ਬੱਚੇ ਨੂੰ ਜਨਮ ਦੇਣਾ ਸੀ ਮਨਿੰਦਰ ਹੁਣ ਯੂਨੀਵਰਸਿਟੀ ਜਾਣ ਲੱਗ ਗਿਆ ਸੀ ਆਪਣੀ ਪ੍ਰਧਾਨਗੀ ਦੀ 5ਵੀਂ ਟਰਮ 'ਚ ਮਨਿੰਦਰ ਨੇ ਸਭ ਤੋਂ ਵੱਧ ਕੰਮ ਕਰਵਾਏ ਕਿਉਂਕਿ ਅਗਲੇ ਸਾਲ ਵਿਧਾਨ ਸਭਾ ਦੀਆਂ ਚੋਣਾਂ ਸਨ ਸਰਕਾਰ ਨੇ ਹੁਕਮ ਕੀਤੇ ਸਨ ਕਿ ਮੁਲਾਜ਼ਮਾਂ ਦੇ ਵੱਧ ਤੋਂ ਵੱਧ ਕੰਮ ਕੀਤੇ ਜਾਣ ਸਰਕਾਰ ਵੱਤ ਤੋਂ ਵੱਤ ਕੰਮ ਕਰਕੇ ਬੂਟਾਂ ਪੱਕੀਆਂ ਕਰਨਾ ਚਾਹੁੰਦੀ ਸੀ। ਮਨਿੰਦਰ ਨਿਵੀਜਨ ਯੂਨੀਵਰਸਿਟੀ ਦੇ ਕੈਂਪਸ 'ਚ ਜਿਵੇਂ ਬਣੀ ਮੁਲਾਜ਼ਮਾਂ ਦੇ ਸਰਕਾਰੀ ਘਰਾਂ ਦੀ ਰਿਪੇਅਰ ਲਈ ਯੂਨੀਵਰਸਿਟੀ ਪ੍ਰਸ਼ਾਸਨ ਤੋਂ 1 ਕਰੋੜ ਰੁਪਏ ਮਨਜ਼ੂਰ ਕਰਵਾ ਲੈ ਤੇ ਮਕਾਨਾਂ ਦੀ ਰਿਪੇਅਰ ਸ਼ੁਰੂ ਕਰਵਾ ਦਿੱਤੀ। ਵਕਫ ਕੈਟਾਗਰੀਆਂ ਦੀ ਤਰੱਕੀ ਦਾ ਸਮਾਂ ਕੱਟ ਕਰਵਾ ਦਿੰਦਾ। ਬੈਂਕ ਨਾਲ ਮਿਲ ਕੇ ਯੂਨੀਵਰਸਿਟੀ ਕੈਂਪਸ 'ਚ ਤੇ ਮੁਲਾਜ਼ਮਾਂ ਦੇ ਘਰਾਂ ਕੋਲ ਕਈ ਏਟੀਐਮਸ ਦਾ ਪ੍ਰਬੰਧ ਕਰਵਾ ਦਿੱਤਾ। ਯੂਨੀਵਰਸਿਟੀ ਦੇ ਹਸਪਤਾਲ 'ਚ ਦਵਾਈਆਂ ਖਰੀਦਣ ਲਈ 40 ਲੱਖ ਰੁਪਏ ਯੂਨੀਵਰਸਿਟੀ ਪ੍ਰਸ਼ਾਸਨ ਤੋਂ ਮਨਜ਼ੂਰ ਕਰਵਾ ਦਿੱਤੇ। ਮੰਡਿਕਨ ਬੋਰਡ ਦੇ ਚੇਅਰਮੈਨ ਨੂੰ ਮੁਲਾਜ਼ਮਾਂ ਦੇ ਇੱਕ ਫੰਕਸ਼ਨ ਤੇ ਬੁਲਾ ਕੇ ਉਸ ਤੋਂ ਯੂਨੀਵਰਸਿਟੀ ਦੀਆਂ ਖਰਾਬ ਸੜਕਾਂ ਦੀ ਰਿਪੇਅਰ ਲਈ 5 ਕਰੋੜ ਰੁਪਏ ਮਨਜ਼ੂਰ ਕਰਵਾ ਦਿੱਤੇ। ਯੂਨੀਵਰਸਿਟੀ ਪ੍ਰਸ਼ਾਸਨ ਤੇ ਜੋੜ ਪਾ ਕੇ ਖਾਲੀ ਪਈਆਂ ਪੋਸਟਾਂ 'ਚ ਵਕਫਾ categories ਦੀਆਂ 500 ਪੋਸਟਾਂ ਪਰਭਾਉਣ ਦਾ ਕੰਮ ਸ਼ੁਰੂ ਕਰਵਾ ਦਿੱਤਾ। ਮੁਲਾਜ਼ਮਾਂ ਲਈ ਯੂਨੀਵਰਸਿਟੀ ਤੋਂ ਘੱਟ ਵਿਆਸ ਤੇ ਆਸਾਨ ਕਿਸ਼ਤਾਂ ਤੇ ਪਰਸਨਲ ਲੋਨ ਦੀ ਸਕੀਮ ਸ਼ੁਰੂ ਕਰਵਾ ਦਿੱਤੀ। ਬਿਨਾਂ ਵਿਆਸ ਤੋਂ ਮੁਲਾਜ਼ਮਾਂ ਲਈ ਵੀ ਲੋਨ ਮਿਲਣਾ ਸ਼ੁਰੂ ਹੋ ਗਿਆ। ਇਹ ਸਾਰੇ ਕੰਮ ਉਸਨੇ ਯੂਨੀਵਰਸਿਟੀ ਪ੍ਰਸ਼ਾਸਨ ਤੋਂ ਕਰਵਾਏ। ਕੁਝ ਰੋਗ ਨਾਲ ਤੇ ਕੁਝ ਮਿੰਤ ਤਰਲੇ ਕਰਕੇ ਤੇ ਕੁਝ ਸਰਕਾਰ ਦੇ ਮੰਤਰੀਆਂ ਤੋਂ ਫੋਨ ਕਰਾ ਕਰਕੇ। ਤਰੱਕੀ ਦਾ ਸਮਾਂ ਘੱਟ ਕਰਵਾਉਣਾ ਤੇ ਦੂਸਰੇ ਮੁਲਾਜ਼ਮਾਂ ਨੂੰ ਬੈਂਕਾਂ ਵਾਂਗੂ ਪਰਸਨਲ ਲੋਨ ਦੀ ਸਹੂਲਤ ਯੂਨੀਵਰਸਿਟੀ ਵੱਲੋਂ ਚਾਲੂ ਕਰਵਾਉਣ ਵਰਗੇ ਐਸੇ ਫੈਸਲੇ ਕਰਵਾਏ ਸਨ ਜੋ ਮੁਲਾਜ਼ਮਾ ਨੇ ਕਦੇ ਸੁਪਨੇ 'ਚ ਵੀ ਨਹੀਂ ਸੋਚੇ ਸਨ। ਉਦੋਂ ਮਹਿਰੀਨ ਤੇ ਗੁਰਕਮਲ ਕੁਝ ਦਿਨਾਂ ਲਈ ਲੁਧਿਆਣੇ ਆਈ ਕਿਉਂਕਿ ਉਸ ਦੀ ਜਠਾਣੀ ਦੇ ਮੁੰਡਾ ਹੋਇਆ ਸੀ। ਮਹਿਰੀਨ ਹੁਣ ਕਾਫੀ ਵਹਿਮ ਕਰਨ ਲੱਗ ਪਈ ਸੀ। ਆਪਣੇ ਨਾਲ ਹੋਈ ਇਨਹਾਨਸੀਆਂ ਲਈ ਕਦੇ ਉਹ ਆਪਣੀ ਜਠਾਣੀ ਨੂੰ ਜ਼ਿੰਮੇਵਾਰ ਸਮਝਦੀ ਤੇ ਕਦੇ ਆਪਣੀ ਸੱਸ ਨੂੰ। ਪਰ ਹਰਮੀਤ ਇਸ ਦਾ ਜ਼ਿੰਮੇਵਾਰ ਸਿਰਫ ਮਨਿੰਦਰ ਨੂੰ ਸਮਝਦੀ। ਉਸ ਨੇ ਹਮੇਸ਼ਾ ਕਹਿਣਾ ਸਟੇਜ 'ਤੇ ਬੋਲਣ ਵਾਲਿਆਂ ਦੇ ਬੱਚੇ ਵੀ ਕਦੇ ਸੁਖੀ ਰਹੇ ਨਹੀਂ ਲੋਕ ਪੱਧਵਾ ਦਿੰਦੇ ਨੇ ਸਟੇਜ 'ਤੇ ਬੋਲਣ ਵਾਲਿਆਂ ਨੂੰ ਇਹ ਤੇਰਾ ਬਹਿਮ ਹੈ ਅਸਲ ਗੱਲ ਤਾਂ ਉਹ ਪਾਪ ਹੈ ਜੋ ਆਪਾਂ ਕੀਤਾ ਉਸ ਦੀ ਸਜ਼ਾ ਮਿਲ ਰਹੀ ਹੈ ਆਪਣੀ ਬੇਟੀ ਨੂੰ ਮਨਿੰਦਰ ਨੇ ਕਹਿਣਾ ਸਭ ਇੱਕ ਦੂਜੇ ਤੇ ਦੋਸ਼ਣ ਲਗਾ ਰਹੇ ਸਨ ਇਸ ਵਾਰ ਤਾਂ ਮਹਿਰੀਨ ਤੇ ਗੁਰਕਮਲ ਜਲਦੀ ਚਲੇ ਗਏ ਕਿਉਂਕਿ ਗੁਰਕਮਲ ਕੋਲ ਛੁੱਟੀ ਨਹੀਂ ਸੀ ਇਸ ਵਾਰ ਤਾਂ ਉਹ ਸਿਰਫ ਮੁੰਡਾ ਵੇਖਣ ਹੀ ਆਏ ਸਨ ਪਰ ਅਗਲੇ ਸਾਲ ਦੇ ਸ਼ੁਰੂ ਚ ਹੀ ਗੁਰਕਮਲ ਨੇ ਦੋ ਮਹੀਨਿਆਂ ਦੀ ਛੁੱਟੀ ਔਣਾ ਸੀ ਉਦਰ ਸਾਲ ਦੇ ਸ਼ੁਰੂ ਚ ਹੀ ਵਿਧਾਨ ਸਭਾ ਦੀਆਂ ਚੋਣਾਂ ਦਾ ਐਲਾਨ ਹੋ ਗਿਆ ਜ਼ਿਲ੍ਹਾ ਪ੍ਰਸ਼ਾਸਨ ਨੇ ਮਨਿੰਦਰ ਸਮੇਤ ਪਾਕੀ ਅਫਸਰਾਂ ਦੀ ਇੱਕ ਅਸਮ ਮੀਟਿੰਗ ਸੱਦੀ ਜਿਵੇਂ ਤੁਹਾਨੂੰ ਪਤਾ ਇਸ ਵਾਰ ਵਿਧਾਨ ਸਭਾ ਦੇ ਇਲੈਕਸ਼ਨ ਆਪਣੇ ਲਈ ਕਾਫੀ ਚੈਲੰਜ ਵਾਲੇ ਹੋਣਗੇ ਬਹੁਤ ਸਾਰੀਆਂ ਪਾਰਟੀਆਂ VOTING ਮਸ਼ੀਨਾਂ ਤੇ ਸਵਾਲ ਚੁੱਕ ਰਹੀਆਂ ਹਨ ਇਸ ਲਈ ਆਪਣੀ ਇਹ ਡਿਊਟੀ ਹੈ ਕਿ ਵੋਟਰਾਂ 'ਚ ਇਹਨਾਂ ਮਸ਼ੀਨਾਂ ਪ੍ਰਤੀ ਵਿਸ਼ਵਾਸ ਪੈਦਾ ਕੀਤਾ ਜਾਏ ਇਹ ਆਪਾਂ ਕਿਵੇਂ ਕਰ ਸਕਦੇ ਹਾਂ ਇਸ ਬਾਰੇ ਆਪਣੇ ਸੁਝਾ ਦਿਓ ਡਿਪਟੀ ਕਮਿਸ਼ਨਰ ਸਾਹਿਬ ਨੇ ਕਿਹਾ ਬਹੁਤ ਸਾਰੇ ਅਫਸਰਾਂ ਨੇ ਆਪਣੇ ਸੁਝਾ ਦਿੱਤੇ ਸਭ ਨੇ ਬਸ ਇਹੋ ਸੁਝਾ ਦਿੱਤਾ ਕਿ ਵੋਟਰਾਂ ਦੇ ਕੈਂਪ ਲਾ ਕੇ ਇਸ ਦੀ ਜਾਣਕਾਰੀ ਦਿੱਤੀ ਜਾਵੇ ਪਰ ਮਨਿੰਦਰ ਨੇ ਕਿਹਾ ਸਰ ਇਹ ਸਭ ਤਾਂ ਆਪਾਂ ਹਰ ਵਾਰ ਹੀ ਕਰਦੇ ਹਾਂ ਮੈਂ ਸਮਝਦਾ ਹਾਂ ਇਸ ਵਾਰ ਇਲੈਕਸ਼ਨ ਦੀ ਪੂਰੀ ਪ੍ਰਕਿਰਿਆ ਨੂੰ ਸਮਝਾਉਣ ਲਈ ਇੱਕ ਵੀਡੀਓ ਡਾਕੂਮੈਂਟਰੀ ਬਣਾਈ ਜਾਏ ਉਸ ਡਾਕੂਮੈਂਟਰੀ 'ਚ ਮਸ਼ੀਨਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਜਾਵੇ ਵੀ ਇਹਨਾਂ ਮਸ਼ੀਨਾਂ ਨਾਲ ਛੇੜਛਾੜ ਨਹੀਂ ਹੋ ਸਕਦੀ ਇਸ ਤਰ੍ਹਾਂ ਡਾਕੂਮੈਂਟਰੀ ਦੀਆਂ ਵੀਡੀਓਜ਼ ਲੋਕਾਂ ਨੂੰ ਵਕ-ਵਕ ਸਾਧਨਾ ਰਹੀਂ ਵਖਾਈਆਂ ਜਾਣ ਮਨਿੰਦਰ ਨੇ ਸੁਝਾ ਦਿੱਤਾ ਬਹੁਤ ਹੀ ਵਧੀਆ ਸੁਝਾਅ ਹੈ ਪਰ ਇਹ ਡਾਕੂਮੈਂਟਰੀ ਵੀ ਤੁਸੀਂ ਹੀ ਤਿਆਰ ਕਰਵਾਓ ਮਿਸਟਰ ਮਾਨ ਮੈਂ ਪਿਛਲਾ ਰਿਕਾਰਡ ਚੈੱਕ ਕੀਤਾ ਤੁਹਾਡਾ ਤਜਰਬਾ ਸਾਡੇ ਸਭ ਨਾਲੋਂ ਕਿਤੇ ਵੱਧ ਹੈ ਸਾਹਿਬ ਨੇ ਕਿਹਾ ਸਾਹਿਬ ਨਵੇਂ ਆਏ ਸਨ ਮਨਿੰਦਰ ਸੁਝਾਦੇ ਕਿ ਫਸ ਗਿਆ ਪਰ ਉਸਨੇ ਇਹ ਚੈਲੰਜ ਵੀ ਕਬੂਲ ਕਰ ਲਿਆ ਉਸਨੇ ਮਿਹਨਤ ਕਰਕੇ ਡਾਕੂਮੈਂਟਰੀ ਤਿਆਰ ਕਰ ਲਈ ਤੇ ਬਾਕੀ ਕੱਲ ਦੇ ਵੀਡੀਓ ਚ ਜਾਰੀ ਰੱਖਾਂਗੇ ਜੀ ਪੂਰਾ ਨਾਵਲ ਸੁਣਨ ਲਈ ਬਨੇ ਰਹੋ ਚੈਨਲ ਦੇ ਨਾਲ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਤੇ ਕਮੈਂਟਸ ਨਹੀਂ ਦੱਸਿਆ ਕਿ ਨਾਵਲ ਤੁਹਾਨੂੰ ਕਿਵੇਂ ਲੱਗ ਰਿਹਾ ਹੈ ਧੰਨਵਾਦ ਜੀ